जय हिंद प्यारे बच्चियों, मैं विजय गुप्ता अज आप जी वास्ते लेके आया हाँ फ्रांस दी क्रांति। हाँ बच्चियों, आओ अज आपां जानकारी हासिल करते हाँ फ्रांस दी क्रांति बारे। बच्चे तुसी जानते हो कि अपने भारत दे विच भी बहुत सारियां क्रांतियां हुईयां ने अपने देश नूं आजाद कराने वास्ते, जिवें 1857 दी क्रांति। ਆਪਾਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ ਅੰਗਰੇਜ਼ਾਂ ਤੋਂ, ਲੇਕਿਨ ਫਰਾਂਸ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ। ਫਰਾਂਸੀਸੀਆਂ ਨੇ ਇਹ ਜਿਹੜੀ ਕ੍ਰਾਂਤੀ ਹੈ ਆਪਣੇ ਹੀ ਹਾਕਮਾਂ ਤੋਂ ਪਰੇਸ਼ਾਨ ਹੋ ਕੇ ਕੀਤੀ, ਆਪਣੇ ਰਾਜਿਆਂ ਤੋਂ। ਉਦੋਂ ਬੇਟਾ ਉੱਥੇ ਰਾਜਤੰਤਰ ਸੀ। ਰਾਜਤੰਤਰ ਮਤਲਬ ਕਿ ਇੱਕ ਹੀ ਜਿਹੜਾ ਰਾਜਾ ਹੈ ਉਹਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ ਜੋ ਹੈ ਸ਼ਾਸਨ ਕਰਦਾ ਸੀ। ਔਰ ਆਮ ਤੌਰ 'ਤੇ ਇਹ ਜਿਹੜੇ ਰਾਜਾ ਸਨ ਇਹ ਤਾਨਾਸ਼ਾਹ ਹੁੰਦੇ ਸਨ ਔਰ ਆਪਣੀ ਮਨ ਮਰਜ਼ੀ ਦੇ ਮੁਤਾਬਕ ਕਾਨੂੰਨ ਬਣਾਉਂਦੇ ਸਨ ਔਰ ਜਨਤਾ ਦਾ ਜ਼ਿਆਦਾ ਖਿਆਲ ਨਹੀਂ ਕਰਦੇ ਸਨ, ਔਰ ਇਸ ਕਰਕੇ ਜੋ ਹੈ ਜਨਤਾ ਇਹਨਾਂ ਤੋਂ ਪਰੇਸ਼ਾਨ ਰਹਿੰਦੀ ਸੀ। ਤਾਂ ਫਰਾਂਸ ਦੇ ਵਿੱਚ ਵੀ ਬੇਟਾ ਇਸ ਤਰ੍ਹਾਂ ਹੀ ਹੋਇਆ। ਆ ਦੇਖੋ, ਮੈਂ ਗੱਲ ਕਰ ਰਿਹਾ ਹਾਂ ਲੂਈਸ 16ਵੇਂ ਦੀ। ਲੂਈਸ 16ਵਾਂ ਫਰਾਂਸ ਦਾ ਨਿਰੰਕੁਸ਼ ਜਾਂ ਤਾਨਾਸ਼ਾਹ ਰਾਜਾ ਸੀ ਔਰ ਇਹਨਾਂ ਦਾ ਜਿਹੜਾ ਸਾਲ ਹੈ 1774 ਤੋਂ 1792 ਤੱਕ, ਇਹਨਾਂ ਦੇ ਹੀ ਰਾਜਕਾਲ ਦੇ ਵਿੱਚ ਫਰਾਂਸ ਦੀ ਕ੍ਰਾਂਤੀ ਹੋਈ ਬੇਟਾ। ਔਰ ਲੂਈਸ 16ਵੇਂ ਦੀ ਜਿਹੜੀ ਸ਼ਾਦੀ ਹੈ ਉਹ ਆਸਟਰੀਆ ਦੀ ਸ਼ਹਿਜ਼ਾਦੀ ਮੇਰੀ ਐਂਟੋਨੀਟੀ ਨਾਲ ਹੋਈ। ਇਹਨਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਜੋ ਮੇਰੀ ਐਂਟੋਨੀਟੀ ਹੈ ਬੇਟਾ ਇਹ ਬਹੁਤ ਬੁਰੀ ਸਲਾਹਕਾਰ ਸੀ। ਜਦੋਂ ਵੀ ਇਹ ਲੂਈਸ 16ਵੇਂ ਨੂੰ ਕੋਈ ਸਲਾਹ ਦਿੰਦੀ ਔਰ ਲੂਈਸ 16ਵਾਂ ਉਹਨਾਂ ਦੀ ਸਲਾਹ ਮੰਨ ਕੇ ਕੋਈ ਗੱਲ ਕਰਦਾ ਤਾਂ ਹਮੇਸ਼ਾ ਹੀ ਕੁਛ ਨਾ ਕੁਛ ਉਲਟਾ ਪੁਲਟਾ ਹੋ ਜਾਂਦਾ। ਔਰ ਦੂਸਰਾ ਰਾਜਾ, ਇਹ ਜਿਹੜੀ ਮੇਰੀ ਐਂਟੋਨੀਟੀ ਸੀ ਇਹ ਆਪਦੀ ਪੋਸ਼ਾਕ 'ਤੇ ਬਹੁਤ ਪੈਸਾ ਖਰਚ ਕਰਦੀ ਸੀ। ਕਦੇ ਵੀ ਇਸਨੇ ਜੋ ਹੈ ਇੱਕ ਪੁਸ਼ਾਕ ਨੂੰ ਦੁਬਾਰਾ ਨਹੀਂ ਪਾਇਆ, ਇਹ ਗੱਲ ਆਉਂਦੀ ਹੈ ਜ਼ਿਕਰ ਦੇ ਵਿੱਚ। ਔਰ ਬੱਚਿਓ, ਜਿਹੜੇ ਇਹ ਰਾਜਤੰਤਰ ਜਿਹੜਾ ਘਰਾਣਾ ਸੀ, ਜੋ ਇਹ ਰਾਜਾ ਲੋਕ ਸਨ, ਇਹ ਆਪਣੇ ਆਪ ਨੂੰ ਪਰਮਾਤਮਾ ਦਾ ਪ੍ਰਤੀਨਿਧੀ ਸਮਝਦੇ ਸੀ ਔਰ ਜਿਹੜਾ ਸਾਰਾ ਜੋ ਟੈਕਸ ਵਗੈਰਾ ਹੈ ਉਹ ਜਨਤਾ 'ਤੇ ਹੁੰਦਾ ਸੀ। ਬੱਚੇ ਤੁਸੀਂ ਜਾਣਦੇ ਹੋ ਕਿ ਆਪਣੇ ਭਾਰਤ ਦੇ ਵਿੱਚ ਪ੍ਰਾਚੀਨ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਮਾਜ ਹੈ ਚਾਰ ਭਾਗਾਂ 'ਚ ਵੰਡਿਆ ਹੋਇਆ ਸੀ, ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ। ਪਰ ਫਰਾਂਸ ਦੇ ਵਿੱਚ ਬੇਟਾ ਇਹ ਜਿਹੜਾ ਸਮਾਜ ਹੈ ਇਹ ਤਿੰਨ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ। ਇਹ ਆਪਾਂ ਜਿਹੜੀ ਹੈ ਮੇਰੀ ਐਂਟੋਨੀਟੀ ਬਾਰੇ ਹੈ ਗੱਲ ਬੇਟਾ। ਆਹ ਦੇਖੋ, ਉੱਥੋਂ ਦੀ ਜਿਹੜੀ ਹੈ ਰਾਜਨੀਤਿਕ ਜਿਹੜੀ ਵਿਵਸਥਾ ਸੀ, ਨਿਰੰਕੁਸ਼ ਰਾਜਤੰਤਰ ਸੀ ਔਰ ਰਾਜਾ ਆਪਣੇ ਆਪ ਨੂੰ ਰੱਬ ਦਾ ਪ੍ਰਤੀਨਿਧੀ ਮੰਨਦਾ ਸੀ ਔਰ ਰਾਜਾ ਕਿਸੇ ਨੂੰ ਵੀ ਕਿਸੇ ਵੀ ਸਮੇਂ ਬਿਨਾਂ ਕਿਸੇ ਕਾਰਨ ਬੰਦੀ ਬਣਾ ਸਕਦਾ ਸੀ। ਇਹਨਾਂ ਦਾ ਆਪਦਾ ਜੀਵਨ ਬਹੁਤ ਵਿਲਾਸਮਈ ਸੀ, ਐਸ਼ੋ ਆਰਾਮ ਵਾਲਾ ਸੀ ਔਰ ਜਿਹੜੇ ਇਹਨਾਂ ਦੇ ਮਹਿਲ ਸੀ ਵਰਸੈਲੀਸ ਦੇ ਜਿਹੜੇ ਮਹਿਲ ਨੇ ਉਹਨਾਂ 'ਤੇ ਇਹਨਾਂ ਨੇ ਬੇਤਹਾਸ਼ਾ ਖਰਚ ਕੀਤਾ ਔਰ ਸਰਕਾਰੀ ਦਫ਼ਤਰਾਂ ਨੂੰ ਚਲਾਉਣ ਵਾਸਤੇ ਬਹੁਤ ਖਰਚ ਕੀਤਾ ਔਰ ਕਈ ਸਾਲਾਂ ਤੋਂ ਯੁੱਧ ਕਰਕੇ ਜਿਹੜਾ ਫਰਾਂਸ ਦਾ ਖਜ਼ਾਨਾ ਖਾਲੀ ਸੀ। ਔਰ ਫਰਾਂਸੀਸੀ ਸਮਾਜ ਦੇ ਵਿੱਚ ਬੇਟਾ ਇਹ ਤਿੰਨ ਵਰਗ ਸਨ, ਪਾਦਰੀ ਵਰਗ, ਕੁਲੀਨ ਵਰਗ ਅਤੇ ਤੀਸਰਾ ਵਰਗ। ਆਓ ਦੇਖਦੇ ਹਾਂ ਆਪਾਂ, ਇਹ ਬੇਟਾ ਪਾਦਰੀ ਵਰਗ ਹੈ। ਇਹਦੇ ਵਿੱਚ ਇੱਕ ਤੁਸੀਂ ਦੇਖ ਰਹੇ ਹੋ ਮੇਨ ਪਾਦਰੀ ਹੈ,
ਔਰ ਦੂਸਰੇ ਸਧਾਰਨ ਪਾਦਰੀ ਨੇ। ਆਹ ਦੇਖੋ ਇਹਨਾਂ ਦੇ ਵੀ ਦੋ ਹਿੱਸੇ ਸੀ। ਉੱਚ ਪਾਦਰੀ ਜਿਹੜਾ ਹੈਗਾ ਉਹਦੇ ਵਿੱਚ ਆਉਂਦਾ ਸੀ ਪ੍ਰਧਾਨ ਪਾਦਰੀ, ਧਰਮ ਅਧਿਅਕਸ਼ ਅਤੇ ਮਹੰਤ। ਇਹ ਲੋਕ ਫਰਾਂਸ ਵਿੱਚ ਗਿਰਜਾ ਘਰ ਦਾ ਪ੍ਰਬੰਧ ਚਲਾਉਂਦੇ ਸਨ ਅਤੇ ਪ੍ਰਧਾਨ ਪਾਦਰੀ ਕੁੱਲ ਜਨਸੰਖਿਆ ਦਾ 1% ਜੋ ਹੈ ਹਿੱਸਾ ਸਨ। ਔਰ ਇਹ ਜਿਹੜੀ ਹੈ ਗਿਰਜਾ ਘਰ ਦੀ ਜੋ ਸੰਪੱਤੀ ਸੀ ਜਿਹੜੀ ਕਿ ਕੁੱਲ ਭੂਮੀ ਦਾ 5ਵਾਂ ਹਿੱਸਾ ਸੀ, ਇਹ ਉਹਨਾਂ ਦੇ ਮਾਲਕ ਸਨ। ਔਰ ਇਹ ਲੋਕਾਂ ਕੋਲੋਂ ਗਿਰਜਾ ਘਰ ਟੈਕਸ ਜਿਸ ਨੂੰ ਤਿੱਥੇ ਕਿਹਾ ਜਾਂਦਾ ਸੀ ਉਹ ਇਕੱਠਾ ਕਰਨ ਦਾ ਅਧਿਕਾਰ ਇਹਨਾਂ ਨੂੰ ਸੀ। ਪ੍ਰਧਾਨ ਪਾਦਰੀ ਆਮ ਤੌਰ 'ਤੇ ਸਧਾਰਨ ਪਾਦਰੀਆਂ ਦਾ ਅਪਮਾਨ ਕਰਿਆ ਕਰਦੇ ਸਨ ਔਰ ਇਹ ਜਿਹੜੇ ਪ੍ਰਧਾਨ ਪਾਦਰੀ ਨੇ ਐਸ਼ੋ ਆਰਾਮ ਵਾਲੀ ਜ਼ਿੰਦਗੀ ਬਤੀਤ ਕਰਦੇ ਸਨ। ਦੂਸਰੇ ਪਾਸੇ ਬੱਚਿਓ ਜਿਹੜੇ ਸਧਾਰਨ ਪਾਦਰੀ ਸਨ ਉਹ ਈਸਾਈ ਮਠਾਂ ਵਿੱਚ ਰਹਿੰਦੇ ਸਨ ਔਰ ਇਹਨਾਂ ਦਾ ਜਿਹੜਾ ਜੀਵਨ ਹੈ ਉਹ ਆਮ ਲੋਕਾਂ ਵਾਂਗ ਮੁਸ਼ਕਲਾਂ ਭਰਿਆ ਸੀ। ਇਹ ਦੂਸਰਾ ਵਰਗ ਹੈ ਬੇਟਾ, ਕੁਲੀਨ ਵਰਗ ਕਹਿੰਦੇ ਹਾਂ। ਇਸ ਕੁਲੀਨ ਵਰਗ ਦੇ ਵਿੱਚ ਕੁਲੀਨ ਅਤੇ ਰਈਸ ਲੋਕ ਆਉਂਦੇ ਸਨ। ਇਹਨਾਂ ਨੂੰ ਵੀ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ ਔਰ ਇਹ ਲੋਕ ਭੂਮੀ ਰਾਹੀਂ ਧਨ ਇਕੱਠਾ ਕਰਦੇ ਸਨ। ਔਰ ਬੱਚਿਓ ਇਹ ਕੁੱਲ ਫਰਾਂਸੀਸੀ ਆਬਾਦੀ ਦਾ 2% ਸਨ ਪਰ ਇਹ ਦੇਸ਼ ਦੀ ਕੁੱਲ ਭੂਮੀ ਦੇ 30% ਦੇ ਮਾਲਕ ਸਨ। ਔਰ ਇਹ ਦੇਖੋ ਆਪਣਾ ਤੀਸਰਾ ਵਰਗ ਕਿ ਪਹਿਲੇ ਦੋ ਵਰਗਾਂ ਨੇ ਤੀਸਰੇ ਵਰਗ ਨੂੰ ਕਿਸ ਤਰ੍ਹਾਂ ਜਿਹੜਾ ਹੈ ਆਪਣੇ ਟੈਕਸਾਂ ਦੇ ਭਾਰ ਹੇਠ ਦਬੋਚਿਆ ਹੋਇਆ ਸੀ। ਕਿੰਨੀ ਦੇਖੋ ਤਰਸਯੋਗ ਹਾਲਾਤ ਸੀ ਤੀਸਰੇ ਵਰਗ ਦੀ, ਟੈਕਸਾਂ ਦੀ ਕਿੰਨੀ ਮਾਰ ਦੇਖੋ ਉਹਨਾਂ ਦੇ ਉੱਪਰ ਹੈਗੀ ਹੈ ਕਿਉਂਕਿ ਸਾਰਾ ਜਿਹੜਾ ਬੋਝ ਹੈ ਟੈਕਸਾਂ ਦਾ ਉਹ ਤੀਸਰੇ ਵਰਗ ਦੇ ਉੱਪਰ ਸੀ। ਆਹ ਦੇਖੋ ਇਹ ਇਸ ਤਰ੍ਹਾਂ ਜਿਹੜਾ ਹੈ ਇੱਕ ਮਤਲਬ ਕਾਰਟੂਨ ਦੇ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਹਿਲਾ ਵਰਗ ਅਤੇ ਦੂਜਾ ਵਰਗ ਦੋਨੋਂ ਮਿਲ ਕੇ ਕਿਸ ਤਰ੍ਹਾਂ ਆਮ ਲੋਕਾਂ ਨੂੰ ਜਾਂ ਤੀਸਰੇ ਲੋਕਾਂ ਨੂੰ ਮਤਲਬ ਉਹਨਾਂ ਦਾ ਖੂਨ ਚੂਸ ਰਹੇ ਹਨ ਔਰ ਉਹਨਾਂ ਦੀ ਹਾਲਤ ਦੇਖੋ ਕਿੰਨੀ ਤਰਸਯੋਗ ਜਿਹੜੀ ਹਾਲਤ ਹੈ ਤੀਸਰੇ ਵਰਗ ਦੀ। ਔਰ ਇਹ ਜਿਹੜਾ ਤੀਸਰਾ ਵਰਗ ਹੈ ਬੇਟਾ ਇਹ ਕੁੱਲ ਜਨਸੰਖਿਆ ਦਾ 97% ਸੀ ਔਰ ਆਮ ਤੌਰ 'ਤੇ ਇਹ ਆਰਥਿਕ ਅਤੇ ਸਮਾਜਿਕ ਤੌਰ 'ਤੇ ਪਿਛੜੇ ਹੋਏ ਸਨ ਔਰ ਇਹਨਾਂ ਵਿੱਚ ਅਸਮਾਨਤਾ ਵੀ ਸੀ। ਇਹਨਾਂ ਵਿੱਚ ਅਮੀਰ ਵਪਾਰੀ, ਅਦਾਲਤੀ ਅਤੇ ਕਾਨੂੰਨੀ ਅਧਿਕਾਰੀ ਅਤੇ ਸ਼ਾਹੂਕਾਰ ਸਨ ਔਰ ਇਸ ਦੇ ਨਾਲ ਨਾਲ ਕਿਸਾਨ, ਕਾਰੀਗਰ, ਛੋਟੇ ਕਾਸ਼ਤਕਾਰ ਅਤੇ ਭੂਮੀ ਰਹਿਤ ਮਜ਼ਦੂਰ ਅਤੇ ਨੌਕਰ ਸਨ ਔਰ ਇਹ ਲੋਕ ਸਭ ਤੋਂ ਜ਼ਿਆਦਾ ਟੈਕਸ ਦਿੰਦੇ ਸਨ। ਜਦੋਂ ਬੇਟਾ ਇਹ ਕ੍ਰਾਂਤੀ ਹੋਈ 1799 ਦੇ ਵਿੱਚ ਤਾਂ ਆਓ ਆਪਾਂ ਦੇਖਦੇ ਹਾਂ ਕਿ ਉਸ ਵਕਤ ਫਰਾਂਸ ਦੀ ਆਰਥਿਕ ਸਥਿਤੀ ਕੀ ਸੀ। ਫਰਾਂਸ ਬੇਟਾ ਜਿਹੜਾ ਹੈ ਖੇਤੀਬਾੜੀ 'ਤੇ ਆਧਾਰਿਤ ਉਹਦੀ ਅਰਥ ਵਿਵਸਥਾ ਸੀ ਲੇਕਿਨ ਜਿਹੜੇ ਕਿਸਾਨ ਨੇ ਉਹ ਮੈਂ ਜਿਵੇਂ ਪਹਿਲੇ ਦੱਸਿਆ ਹੈ ਕਰਾਂ ਦੇ ਭਾਰ ਹੇਠਾਂ ਦੱਬੇ ਹੋਏ ਸਨ। ਕਰ ਵੀ ਦੋ ਪ੍ਰਕਾਰ ਦੇ ਸੀ, ਪ੍ਰਤੱਖ ਕਰ ਅਤੇ ਅਪ੍ਰਤੱਖ ਕਰ। ਪ੍ਰਤੱਖ ਕਰ ਦੇ ਵਿੱਚ ਬੇਟਾ ਭੂਮੀ ਕਰ, ਆਮਦਨ ਕਰ, ਸੰਪੱਤੀ ਕਰ ਅਤੇ ਅਪ੍ਰਤੱਖ ਕਰ ਦੇ ਵਿੱਚ ਨਮਕ ਕਰ ਅਤੇ ਤੰਬਾਕੂ ਆਦਿ ਵਸਤੂਆਂ ਦੇ ਉੱਪਰ ਲੱਗਣ ਵਾਲੇ ਕਰ ਸਨ ਜੋ ਆਮ ਲੋਕਾਂ ਨੂੰ ਦੇਣੇ ਪੈਂਦੇ ਸਨ। ਇਸ ਤੋਂ ਬਾਅਦ ਬੇਟਾ ਤਿੱਥੇ ਕਰ ਕਿ ਜਿਹੜੇ ਪਹਿਲਾ ਵਰਗ ਜਾਂ ਪਾਦਰੀ ਵਰਗ ਜਿਹੜੇ ਲੋਕ ਸਨ ਉਹ ਤੀਸਰੇ ਵਰਗ ਕੋਲੋਂ ਟੈਕਸ ਲੈਂਦੇ ਸੀ ਗਿਰਜਾ ਘਰ ਵਾਸਤੇ ਤਾਂ ਇਸ ਨੂੰ ਅਸੀਂ ਤਿੱਥੇ ਕਰ ਕਿਹਾ ਜਾਂਦਾ ਹੈ ਔਰ ਕਿਸਾਨਾਂ ਨੂੰ ਆਪਣੀ ਸਾਲਾਨਾ ਆਮਦਨੀ ਦਾ 10ਵਾਂ ਹਿੱਸਾ ਕਰ ਦੇ ਰੂਪ ਵਿੱਚ ਦੇਣਾ ਪੈਂਦਾ ਸੀ। ਬੱਚਿਓ ਪਹਿਲਾਂ ਤਾਂ ਇਹ ਸਵੈ ਇੱਛਾ ਨਾਲ ਦੇਣਾ ਪੈਂਦਾ ਸੀ ਆਪਦੀ ਮਰਜ਼ੀ ਦੇ ਨਾਲ ਲੇਕਿਨ ਬਾਅਦ ਦੇ ਵਿੱਚ ਜਿਹੜਾ ਹੈ ਇਸ ਨੂੰ ਲਾਜ਼ਮੀ ਕਰਾਰ ਦੇ ਦਿੱਤਾ ਗਿਆ
ਤਾਂ ਇਹਦੇ ਨਾਲ ਵੀ ਜੋ ਹੈ ਲੋਕਾਂ ਦੇ ਵਿੱਚ ਅਸੰਤੋਖ ਦੀ ਭਾਵਨਾ ਫੈਲ ਗਈ। ਇਹ ਟਾਇਲੇ ਕਰ ਹੈ, ਇਹ ਰਾਜ ਨੂੰ ਦਿੱਤਾ ਜਾਣ ਵਾਲਾ ਟੈਕਸ ਸੀ, ਆਮ ਲੋਕਾਂ 'ਤੇ ਲਗਾਇਆ ਜਾਣ ਵਾਲਾ ਟੈਕਸ, ਔਰ ਰਾਜਾ ਦੁਆਰਾ ਆਪਣੀ ਪ੍ਰਜਾ ਦੀ ਭੂਮੀ ਅਤੇ ਸੰਪੱਤੀ 'ਤੇ ਲਗਾਇਆ ਜਾਂਦਾ ਸੀ, ਔਰ ਰੋਜ਼ਾਨਾ ਜ਼ਰੂਰਤਾਂ ਦੀਆਂ ਵਸਤੂਆਂ ਜਿਵੇਂ ਨਮਕ ਹੋ ਗਿਆ, ਤੰਬਾਕੂ ਹੋ ਗਿਆ, ਇਹਨਾਂ ਦੇ ਉੱਪਰ ਬੇਟਾ ਇਹ ਟੈਕਸ ਲੱਗਦਾ ਸੀ, ਔਰ ਕਰ ਦਾ ਜੋ ਪ੍ਰਤੀਸ਼ਤ ਸੀ ਉਹ ਰਾਜੇ ਦੀ ਮਰਜ਼ੀ ਦੇ ਉੱਪਰ ਨਿਰਭਰ ਹੁੰਦਾ ਸੀ। ਜਦੋਂ ਉਹਦੀ ਮਰਜ਼ੀ ਆਉਂਦੀ, ਜਿੰਨੀ ਉਹ ਚਾਹੁੰਦੇ ਉਹਨਾਂ ਜਿਹੜਾ ਹੈ ਉਹ ਟੈਕਸ ਦੀ ਮਿਕਦਾਰ ਵਧਾ ਦਿੰਦੇ। ਤਾਂ ਇਸ ਕਰਕੇ ਜੋ ਜਨਤਾ ਹੈ ਉਹ ਬਹੁਤ ਨਾ ਖੁਸ਼ ਸੀ। ਇਸੇ ਦੌਰਾਨ ਬੇਟਾ ਫਰਾਂਸ ਦੇ ਵਿੱਚ ਜਿਹੜੇ ਕੁਛ ਵਿਦਵਾਨ ਐਸੇ ਹੋਏ ਕਿ ਜਿਨ੍ਹਾਂ ਨੇ ਰਾਜਤੰਤਰ ਦੇ ਖਿਲਾਫ ਲਿਖਿਆ ਔਰ ਲੋਕਾਂ ਨੂੰ ਜਾਗਰੂਕ ਕੀਤਾ ਔਰ ਸਰਕਾਰ ਦੀਆਂ ਵਧੀਕੀਆਂ ਦੇ ਉੱਪਰ ਚਾਨਣ ਪਾਇਆ। ਤਾਂ ਅਸੀਂ ਜਿਹੜਾ ਇਸ ਨੂੰ ਬੌਧਿਕ ਅੰਦੋਲਨ ਦੇ ਨਾਮ ਨਾਲ ਵੀ ਯਾਦ ਕਰਦੇ ਹਾਂ। ਆਓ ਦੇਖਦੇ ਹਾਂ, ਆਹ ਦੇਖੋ ਬੇਟਾ, ਇਹ ਹਨ ਵਾਲਤੇਅਰ। ਵਾਲਤੇਅਰ ਸਾਹਿਬ ਨੇ ਆਪਣੀਆਂ ਲਿਖਤਾਂ ਦੁਆਰਾ ਕੁਲੀਨ ਅਤੇ ਅਮੀਰਾਂ ਦੀ ਪਕੜ ਨੂੰ ਸਾਹਮਣੇ ਲੈ ਕੇ ਆਉਂਦਾ ਕਿ ਤੀਸਰੇ ਵਰਗ ਨੂੰ ਜਾਗਰੂਕ ਕੀਤਾ ਕਿ ਕਿਵੇਂ ਇਹ ਪਹਿਲੇ ਦੋ ਵਰਗ ਸਾਡੀ ਲੁੱਟ ਅਤੇ ਖਸੁੱਟ ਕਰ ਰਹੇ ਨੇ। ਉਸ ਅਨੁਸਾਰ ਸਾਰੇ ਧਰਮ ਫਜ਼ੂਲ ਹਨ ਔਰ ਸਾਰੇ ਧਰਮ ਤਰਕ ਦੇ ਖਿਲਾਫ ਹਨ, ਔਰ ਉਹਨਾਂ ਨੇ ਸਮਾਨ ਕਦਰਾਂ ਕੀਮਤਾਂ ਵਾਲੇ ਸਮਾਜ ਦੇ ਉੱਪਰ ਜ਼ੋਰ ਦਿੱਤਾ, ਔਰ ਇਹਨਾਂ ਦੇ ਵਿਚਾਰਾਂ ਕਰਕੇ ਕ੍ਰਾਂਤੀ ਦੀ ਜਿਹੜੀ ਅੱਗ ਸੀ ਉਹ ਹੋਰ ਤੇਜ਼ ਹੋ ਗਈ। ਲੋਕ ਉਤਾਵਲੇ ਹੋ ਗਏ ਕਿ ਜੋ ਹੈ ਅਸੀਂ ਇਹ ਰਾਜਤੰਤਰ ਤੋਂ ਛੁਟਕਾਰਾ ਪਾਉਣਾ ਹੈ। ਅੱਜ ਵੀ ਬੇਟਾ ਤੁਸੀਂ ਤਸਵੀਰ ਦੇਖ ਰਹੇ ਹੋ, ਇਹ ਹੈਗੇ ਨੇ ਫਰਾਂਸ ਦੇ ਮਹਾਨ ਵਿਦਵਾਨ ਰੂਸੋ। ਇਹਨਾਂ ਨੇ ਤਾਨਾਸ਼ਾਹੀ ਅਤੇ ਜ਼ਾਲਮ ਸ਼ਾਸਕਾਂ ਵਿਰੁੱਧ ਆਵਾਜ਼ ਉਠਾਈ ਔਰ ਇਹਨਾਂ ਨੇ ਕਿਹਾ ਕਿ ਮਨੁੱਖ ਸੁਤੰਤਰ ਪੈਦਾ ਹੋਇਆ ਸੀ ਪਰ ਹੁਣ ਜੋ ਹੈ ਉਹ ਜੰਜੀਰਾਂ ਦੇ ਵਿੱਚ ਜਕੜਿਆ ਹੋਇਆ ਹੈ। ਇਹਨਾਂ ਨੇ ਲੋਕਤੰਤਰ ਰਾਜ ਦੀ ਸਥਾਪਨਾ 'ਤੇ ਜ਼ੋਰ ਦਿੱਤਾ ਔਰ ਇਹਨਾਂ ਦੁਆਰਾ ਬੇਟਾ ਕਿਤਾਬ ਲਿਖੀ ਹੈ ਜਿਹਦਾ ਨਾਮ ਹੈ ਸੋਸ਼ਲ ਕੰਟਰੈਕਟ। ਬਹੁਤ ਵਧੀਆ ਬੁੱਕ ਹੈ ਔਰ ਇਹਨੇ ਜਿਹੜਾ ਹੈ ਫਰਾਂਸੀਸੀ ਸਮਾਜ ਦੇ ਵਿੱਚ ਤਰਥਲੀ ਪੈਦਾ ਕਰ ਦਿੱਤੀ। ਲੋਕ ਜਿਹੜੇ ਹੈ ਬੜੇ ਉਤਸੁਕ ਹੋ ਗਏ ਕਿ ਅਸੀਂ ਜੋ ਹੈ ਆਪਦੇ ਫਰਾਂਸ ਨੂੰ ਰਾਜਤੰਤਰ ਤਾਨਾਸ਼ਾਹ ਤੋਂ ਮੁਕਤ ਕਰਨਾ ਹੈ, ਔਰ ਇਹਨਾਂ ਨੇ ਲੋਕਤੰਤਰ ਨੂੰ ਸਭ ਤੋਂ ਵਧੀਆ ਸਰਕਾਰ ਮੰਨਿਆ। ਇਹ ਹਨ ਮਾਂਟੇਸਕਿਊ। ਇਹਨਾਂ ਨੇ ਇਹ ਬਹੁਤ ਮਹਾਨ ਵਿਦਵਾਨ ਅਤੇ ਦਾਰਸ਼ਨਿਕ ਸਨ ਔਰ ਇਹਨਾਂ ਨੇ ਰਾਜੇ ਦੇ ਦੇਵੀ ਅਧਿਕਾਰਾਂ ਨੂੰ ਚੁਣੌਤੀ ਦਿੱਤੀ ਔਰ ਸੰਵਿਧਾਨਿਕ ਰਾਜਤੰਤਰ ਦੀ ਰੂਪਰੇਖਾ ਤਿਆਰ ਕੀਤੀ। ਇਹਨਾਂ ਨੇ ਕਿਹਾ ਕਿ ਸਰਕਾਰ ਦੀਆਂ ਸ਼ਕਤੀਆਂ ਨੂੰ ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂ ਪਾਲਿਕਾ ਦੇ ਅਧਾਰਿਤ ਕਰਨ 'ਤੇ ਜ਼ੋਰ ਦੇਣਾ ਚਾਹੀਦਾ। ਲੋਕਤੰਤਰ ਸਰਕਾਰ ਸਭ ਤੋਂ ਉੱਤਮ ਹੈ ਔਰ ਅਮੈਰੀਕਾ ਨੇ ਆਪਣੇ ਦੇਸ਼ ਵਿੱਚ ਲੋਕਤੰਤਰ ਲਾਗੂ ਕਰ ਦਿੱਤਾ ਸੀ ਬੇਟਾ। ਅਤੇ ਇਸ ਤਰ੍ਹਾਂ ਜੋ ਕਰਕੇ ਹੌਲੀ ਹੌਲੀ ਲੋਕ ਜਿਹੜੇ ਨੇ ਭੜਕਣ ਲੱਗੇ ਕ੍ਰਾਂਤੀ ਵਾਸਤੇ। ਆਓ ਆਪਾਂ ਦੇਖਦੇ ਹਾਂ, 5 ਮਈ 1799 ਦੇ ਵਿੱਚ ਫਰਾਂਸ ਦਾ ਜਿਹੜਾ ਰਾਜਾ ਸੀ ਲੂਈ 16, ਉਹਨਾਂ ਨੇ ਫਰਾਂਸ ਨੂੰ ਵਿੱਤੀ ਸੰਕਟ 'ਚੋਂ ਕੱਢਣ ਲਈ ਤੀਸਰੇ ਵਰਗ ਉੱਪਰ ਵੱਧ ਟੈਕਸ ਲਗਾਉਣ ਦੀ ਪ੍ਰਵਾਨਗੀ ਲੈਣ ਲਈ ਇੱਕ ਪ੍ਰਤੀਨਿਧੀ ਸਭਾ ਦੀ ਬੈਠਕ ਬੁਲਾਈ ਔਰ ਇਸ ਤੋਂ ਪਹਿਲਾਂ ਜਿਹੜੀ ਬੈਠਕ ਸੀ ਬੇਟਾ ਉਹ ਹੋਈ ਸੀ 1614 ਈਸਵੀ ਦੇ ਵਿੱਚ ਔਰ ਹੁਣ ਬੁਲਾਰੇ ਨੇ ਇਹ 1799 ਦੇ ਵਿੱਚ। ਤਾਂ ਦੇਖੋ ਕਿੰਨਾ ਵਿੱਚ ਵਕਫਾ ਪੈ ਗਿਆ। ਔਰ 17 ਜੂਨ 1799 ਦੇ ਵਿੱਚ ਤੀਸਰੇ ਵਰਗ ਦੇ ਜਿਹੜੇ ਸਾਰੇ ਮੈਂਬਰਾਂ ਨੂੰ ਵੋਟ ਪਾਉਣ ਲਈ ਜਿਹੜੀ ਉਹਨਾਂ ਨੇ ਮੰਗ ਕੀਤੀ ਲੂਈ 16 ਨੂੰ ਕਿ ਜੀ ਇਸ ਤਰ੍ਹਾਂ ਨਹੀਂ ਹੈ। ਪਹਿਲਾਂ ਬੇਟਾ ਕੀ ਸੀ ਕਿ 3 ਵਰਗ ਸੀ ਔਰ ਹਰੇਕ ਵਰਗ ਦੀ 1 ਵੋਟ ਹੁੰਦੀ ਸੀ, ਲੇਕਿਨ ਤੀਸਰੇ ਵਰਗ ਨੇ ਕਿਹਾ ਵੀ ਨਹੀਂ
ਤੁਸੀਂ ਮੈਂਬਰ ਅਨੁਸਾਰ ਵੋਟ ਪਾਓ ਔਰ ਫਿਰ ਆਪਾਂ ਫੈਸਲਾ ਕਰਾਂਗੇ। ਲੇਕਿਨ ਲੁਈਸ ਸੋਲੇਵੇ ਨੇ ਇਹ ਗੱਲ ਉਹਨਾਂ ਦੀ ਮੰਨੀ ਨਹੀਂ, ਮੰਗ ਰੱਦ ਕਰਤੀ, ਤਾਂ ਉਹਨਾਂ ਨੇ 17 ਜੂਨ 1799 ਨੂੰ ਰਾਸ਼ਟਰੀ ਪ੍ਰੀਸ਼ਦ ਦਾ ਐਲਾਨ ਕਰਤਾ ਤੀਸਰੇ ਵਰਗ ਨੇ, ਔਰ 20 ਜੂਨ 1799 ਦੇ ਵਿੱਚ ਇਹਨਾਂ ਨੇ ਇੱਕ ਸਹੁੰ ਚੱਕੀ ਜਿਹਨੂੰ ਕਹਿੰਦੇ ਹਾਂ ਟੈਨਿਸ ਕੋਰਟ ਸਹੁੰ, ਕਿ ਆਪਾਂ ਕਦੇ ਵੱਖ ਨਹੀਂ ਹੋਵਾਂਗੇ ਔਰ ਲੋੜ ਪਈ ਤਾਂ ਦੁਬਾਰਾ ਜੋ ਹੈ ਆਪਾਂ ਇਕੱਠੇ ਹੋਵਾਂਗੇ। ਸੋ ਬੇਟਾ 5 ਜੁਲਾਈ 1799 ਨੂੰ ਇਹਨਾਂ ਨੇ ਰਾਸ਼ਟਰੀ ਸੰਸਦ ਦਾ ਨਾਮ ਬਦਲ ਕੇ ਰਾਸ਼ਟਰੀ ਸੰਵਿਧਾਨ ਸਭਾ ਰੱਖ ਦਿੱਤਾ, ਔਰ ਇਹ ਆਮ ਲੋਕਾਂ ਦੀ ਰਾਜੇ ਉੱਪਰ ਪਹਿਲੀ ਜਿੱਤ ਸੀ। ਅਤੇ ਆਹ ਜਿਹੜੀ ਹੈ 14 ਜੁਲਾਈ 1799, ਇਹ ਫਰਾਂਸ ਦੇ ਵਿੱਚ ਹਰ ਸਾਲ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਫਰਾਂਸ ਦੇ ਲੋਕਾਂ ਨੇ, ਖਾਸ ਕਰਕੇ ਤੀਸਰੇ ਵਰਗ ਨੇ ਜੋ ਹੈ ਬੈਸਟਾਈਲ ਦਾ ਜਿਹੜਾ ਕਿਲ੍ਹਾ ਸੀ ਇਹਨਾਂ ਦਾ, ਉਹਨਾਂ ਨੂੰ ਘੇਰਾ ਪਾ ਲਿਆ। ਲੇਕਿਨ ਲੁਈ ਸੋਲਵੇ ਨੇ ਫੌਜ ਬੁਲਾ ਲਈ, ਲੇਕਿਨ ਜਨਤਾ ਨੇ ਪਰਵਾਹ ਨਹੀਂ ਕੀਤੀ ਅਤੇ ਉਹਨਾਂ ਨੇ ਜੋ ਹੈ ਉਹਨਾਂ ਦੇ ਘੇਰੇ ਤੋੜ ਦਿੱਤੇ, ਜੋ ਆਪਣੇ ਸਾਥੀ ਸੀ ਉਹਨਾਂ ਨੂੰ ਆਜ਼ਾਦ ਕਰਵਾ ਲਿਆ, ਬਹੁਤ ਕਤਲੇਆਮ ਹੋਇਆ। ਤਾਂ ਇਸ ਦੇ ਨਾਲ ਹੀ ਜੋ ਹੈ ਰਾਜਤੰਤਰ ਦਾ ਬੇਟਾ ਅੰਤ ਹੋ ਗਿਆ। ਆਹ ਦੇਖੋ ਇਹ ਪ੍ਰਤੀਨਿਧੀ ਜੋ ਸਭਾ ਦੀ ਜੋ ਬੈਠਕ ਦਾ ਇੱਕ ਸੀਨ ਹੈ ਕਿ ਕਿਵੇਂ ਜਿਹੜੇ ਹੈ 3 ਵਰਗਾਂ ਦੇ ਲੋਕ ਇਸ ਤਰ੍ਹਾਂ ਮੀਟਿੰਗ ਕਰਦੇ ਸਨ, ਲੇਕਿਨ ਉਹਨਾਂ ਨੇ ਕਿਹਾ ਵੀ ਨਹੀਂ, ਤੁਸੀਂ ਮੈਂਬਰ ਦੇ ਅਨੁਸਾਰ ਸਾਡੀ ਵੋਟ ਪਵਾਓ। ਲੇਕਿਨ ਲੁਈਸ ਸੋਲਵੇ ਨੇ ਉਹਨਾਂ ਦੀ ਇਹ ਗੱਲ ਨਹੀਂ ਮੰਨੀ। ਆਹ ਟੈਨਿਸ ਕੋਰਟ ਸੌਂ ਦਾ ਇੱਕ ਦ੍ਰਿਸ਼